ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਯੂਟਿਊਬ ਚੈਨਲ 'ਤੇ ਤੁਹਾਡਾ ਬਹੁਤ ਸਵਾਗਤ ਹੈ ਅਤੇ ਅੱਜ ਆਪਾਂ ਖੇਡਣ ਜਾ ਰਹੇ ਹਾਂ ਫਾਰਮਰਸ ਮਾਰਕੀਟ 23। ਆਪਾਂ ਬਾਏ ਕਰ ਲਈ ਸੀਗੀ ਅਤੇ ਦੇਖੋ ਤੁਸੀਂ ਬਹੁਤ ਘੈਂਟ ਸਿਸਟਮ ਇਹਦੇ ਵਿੱਚ ਆ ਚੁੱਕਿਆ ਵਾ, ਜਿਵੇਂ ਕਿਚਨ ਆਪਣੇ ਮੁਰਗੇ ਮੁਰਗੇ ਇੱਥੇ ਪੂਰੇ ਘੈਂਟ ਆਏ ਹੋਏ ਆ। ਮੁਰਗਿਆਂ ਨੂੰ ਕਣਕ ਵੀ ਪਾਈ ਹੋਈ ਇਹਨਾਂ ਦੀ, ਪਈ ਪਾਈ ਆਉਂਦੀ ਕਿਉਂਕਿ ਹੁਣੇ ਸਟਾਰਟ ਕੀਤੀ ਆ ਮੈਂ ਹਜੇ, ਅਤੇ ਗ੍ਰਾਫਿਕਸ ਬਹੁਤ ਘੈਂਟ ਆ, ਕੋਈ ਲੈਗ ਨਹੀਂ ਹੈਗਾ। ਮੇਰੇ ਕੋਲ ਪਹਿਲਾਂ ਨਾ ਫੋਨ ਹੀ 8 ਪਲੱਸ, ਉਹਦੇ 'ਚ ਹੀ ਮੈਂ ਪਲੇ ਕਰ ਰਿਹਾ ਹਾਂ ਅਤੇ ਵਧੀਆ ਘੈਂਟ ਚੱਲ ਰਹੀ ਹੈ। ਅਤੇ ਸੈਟਿੰਗ ਦੇਖੀਏ ਕਿੰਨੇ 'ਤੇ ਆ, ਡਿਫਾਲਟ ਸੈਟਿੰਗ 'ਤੇ ਹੀ ਚੱਲੀ ਜਾਂਦੀ ਹੈ ਇਹ, ਮੈਂ ਕੁਛ ਨਹੀਂ ਲਾਇਆ, ਵੈਰੀ ਹਾਈ। ਓਕੇ ਠੀਕ ਹੈ ਠੀਕ ਹੈ। ਕਿੰਨੇ 'ਚ ਫੀਲਡ ਫੁਲਡ ਕਿੰਨੇ ਆ, 1, 2, 3? ਓਕੇ ਆਪਣਾ ਮੈਸੀ ਟਰੈਕਟਰ ਹੈ ਜੀ, ਅਤੇ ਘੈਂਟ ਲੱਗਿਆ ਟਰੈਕਟਰ ਤਾਂ ਮੈਨੂੰ, ਕਿਉਂਕਿ ਪਹਿਲਾਂ ਵਾਲਾ ਟਰੈਕਟਰ ਵੀ ਘੈਂਟ ਸੀਗਾ, ਉਹ ਵੀ ਮੈਨੂੰ ਬਹੁਤ ਘੈਂਟ ਲੱਗਦਾ ਸੀ ਜਿਹੜਾ ਸਟਾਰਟਿੰਗ 'ਚ ਹੁੰਦਾ ਫਾਰਮਿੰਗ ਸਿਮੂਲੇਟਰ 20 ਦੇ। ਅਤੇ ਚੱਲਦੇ ਹਾਂ ਹੁਣ ਆਪਾਂ ਇਹਦੇ ਵਿੱਚ ਨਾ ਆਪਾਂ ਤੁਹਾਨੂੰ, ਕਿਉਂਕਿ ਮੈਨੂੰ 200 ਘੰਟਾ ਹੋ ਗਿਆ ਮੈਨੂੰ ਫਾਰਮਿੰਗ ਸਿਮੂਲੇਟਰ 20 ਦੇ ਵਿੱਚ, ਅਤੇ ਆਪਾਂ ਉਸ ਹਿਸਾਬ ਨਾਲ ਐਕਸਪੀਰੀਅੰਸ ਦੇ ਨਾਲ ਹੀ ਆਹ ਗੇਮ ਪਲੇ ਜਿਹੜਾ ਆਪਣਾ, ਮਤਲਬ ਇਹਦੇ ਵਿੱਚ ਆਪਾਂ ਕਿਵੇਂ ਪੈਸੇ ਕਮਾ ਸਕਦੇ ਹੋ, ਆਪਾਂ ਸਾਰੀਆਂ ਵੀਡੀਓਸ ਇਹਦੇ ਵਿੱਚ ਪਾਇਆ ਕਰਾਂਗੇ। ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਾਂਦੇ ਹਾਂ ਮੈਪ ਦੇ ਵਿੱਚ, ਮੈਪ ਦੇ ਵਿੱਚ ਜਾ ਕੇ ਟਰੈਕਟਰ ਦੇ ਵਿੱਚ ਜਾ ਕੇ ਜਿੰਨੇ ਆਪਾਂ ਹੈ ਨਾ ਸਾਰਾ ਸਿਸਟਮ ਕਰਨਾ, ਮੈਂ ਸੀ ਰੀਸੈਟ, ਓਕੇ ਜੋਂਡੀਅਰ, ਜਿੰਨੇ ਆਪਣੇ ਕੋਲ ਟੂਲ ਹੈਗੇ ਆ ਸਾਰੇ ਰੀਸੈਟ ਕਰ ਦੇਣੇ ਆਪਾਂ, ਜਿੰਨੇ ਮਤਲਬ ਆਪਾਂ ਉਹ ਕਰਨੇ ਆ ਵੇਚਣੇ ਆ, ਕਿਉਂਕਿ ਆਪਾਂ ਹੋਰ ਵੱਡੇ ਟੂਲ ਲੈ ਕੇ ਆਉਣੇ ਆ, ਇਹਨਾਂ ਨਾਲ ਮਤਲਬ ਕੀ ਗੱਲ ਨਹੀਂ ਬਣਨੀ, ਤਾਂ ਕਰਕੇ ਆਪਾਂ ਹੋਰ ਲੈ ਕੇ ਆਵਾਂਗੇ। ਕਿਉਂਕਿ ਮੈਂ ਨਾ ਉਹ ਇੱਕ ਚੀਜ਼ ਸੋਚੀ ਸੀਗੀ, ਜੇ ਆਪਾਂ ਉਵੇਂ ਗੇਮ ਖੇਡਾਂਗੇ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਜਲਦੀ ਫਾਇਦਾ ਹੋਊਗਾ। ਜਿਵੇਂ ਆਹ ਟਰੈਕਟਰ ਇੱਧਰ ਆ ਗਏ ਅਤੇ ਆਹ ਖੜਾ ਮੈਂ ਸੀ ਟਰੈਕਟਰ, ਇਹਨੂੰ ਆਪਾਂ ਦਿੰਦੇ ਹਾਂ ਵੇਚ, ਕਿੱਥੇ ਵੇਚਣ ਵਾਲਾ, ਇਕੱਠੇ ਵੇਚ ਦਿਆਂਗੇ ਸਾਰਾ ਸਮਾਨ ਇੱਕ ਸੰਭ ਹੋ ਗਿਆ। ਆਹ ਕਟਰ ਵੀ ਵੇਚ ਦੇਣਾ ਆਪਾਂ, ਇਹਨੂੰ ਇਹਦੇ ਮਗਰ ਪਾ ਕੇ ਲੈ ਜਾਂਦੇ ਹਾਂ, ਕਿਉਂਕਿ ਆਹ ਜੋੜੀ ਟਰੈਕਟਰ ਮੈਂ ਤਾਂ ਇੱਥੇ ਸੱਦ ਲਿਆ ਕਿਉਂਕਿ ਇੱਥੋਂ ਸਮਾਨ ਆਪਾਂ ਹੋਰ ਵੀ ਲੈ ਕੇ ਜਾਣਾ, ਤਾਂ ਕਰਕੇ ਇਹਨੂੰ ਲਿਆਉਣਾ ਜ਼ਰੂਰੀ ਸੀਗਾ ਇੱਥੇ। ਚੱਲ ਵੀ ਕਟਰ ਲਾ ਗਿਆ ਕਹਿੰਦੇ ਬੈਗ, ਅਤੇ ਜਲਦੀ ਜਲਦੀ ਆਪਾਂ ਬੈਗ ਲਾ ਲਈਏ। ਹੈਲੋ ਜੀ, ਆਪਾਂ ਸਾਰਾ ਸਮਾਨ ਆ ਜਿਹੜਾ ਇੱਥੇ ਖੜਾ ਤਾ ਗਾ ਸੇਲ ਕਰਨ ਵਾਸਤੇ, ਹੁਣ ਆਪਾਂ ਚੱਲਦੇ ਸੇਲ ਕਰਨ ਲਈ, ਜਿੰਨਾ ਵੀ ਸੀਗਾ ਆਪਾਂ ਸਾਰਾ ਵੇਚ ਦੇਣਾ ਇਹ, ਅਤੇ ਨਵਾਂ ਸਮਾਨ ਥੋੜ੍ਹਾ ਜਿਹਾ ਅਪਗ੍ਰੇਡ ਕਰਾਂਗੇ ਟੂਲਸ ਨੂੰ, ਤਾਂ ਕਿ ਜਿਹੜਾ ਆਪਣਾ ਜਿਹੜਾ ਸਾਰਾ ਸਿਸਟਮ ਆ ਜਲਦੀ ਜਲਦੀ ਆਪਣੇ ਪੈਸੇ ਬਣਨ, ਆਪਣਾ ਅਪਗ੍ਰੇਡ ਹੋ ਜਾਵੇ ਸਾਰਾ A to Z। ਸੈੱਲ ਓਕੇ ਹੋ ਗਿਆ, ਸਾਰਾ ਕੁਛ ਆਪਾਂ ਵੇਚ ਦਿੱਤਾ ਗਾ, ਅਤੇ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਵੀ ਆਪਾਂ ਕੀ ਆਪਾਂ ਲੈਣਾ ਗਾ ਸਾਰਾ A to Z, ਬਈ ਕਿਹੜੀਆਂ ਟਿਪਸ ਹੋਣਗੀਆਂ ਜਿਹਨਾਂ ਨਾਲ ਆਪਾਂ ਛੇਤੀ ਆਪਾਂ ਫਾਰਮਿੰਗ ਜਿਹੜੀ ਜਲਦੀ ਕਰ ਸਕਦੇ ਹਾਂ, ਕਿਉਂਕਿ ਆਈਫੋਨ ਦੇ ਵਿੱਚ ਮੋਡ ਤਾਂ ਜਿਹੜੇ ਚੱਲਦੇ ਨਹੀਂ ਹੈਗੇ, ਪਰਚੇਜ਼ ਕਰਕੇ ਗੇਮ ਖੇਡਣੀ ਪੈਂਦੀ ਆ, ਇਸ ਲਈ ਆਪਾਂ ਸਿਰਫ ਜਿੰਨੇ ਟਰੈਕਟਰ ਦੇ ਆਪਣੇ ਗੇਮ ਦੇ ਵਿੱਚ ਜਿਹੜਾ ਸਿਸਟਮ ਹੋਊਗਾ ਸਾਰਾ ਉਵੇਂ ਹੀ ਖੇਡਾਂਗੇ, ਜਿਵੇਂ ਆਪਾਂ FS20 ਜਿਹੜਾ ਪਹਿਲਾਂ ਆਪਾਂ ਖੇਡਦੇ ਹੁੰਦੇ ਸੀਗੇ ਸਾਰਾ A to Z ਆਪਾਂ ਇੱਦੂ ਵਧੀਆ, ਫਸਟ ਵੀਡੀਓ ਸੀ ਮੇਰੀ ਇਹ, ਹੈ ਨਾ, ਤਾਂ ਕਰਕੇ ਥੋੜ੍ਹਾ ਜਿਹਾ ਮੈਨੂੰ ਕੌਨਫੀਡੈਂਸ ਲਿਆਉਣੀ ਹੈਗਾ ਹਜੇ, ਹੌਲੀ ਹੌਲੀ ਆਪਾਂ ਸਾਰਾ ਕੁਛ ਇਹਦੇ 'ਚ ਡਿਵੈਲਪ ਕਰਾਂਗੇ। ਆਪਣੇ ਕੋਲ 2 ਟਰੈਕਟਰ ਰਹਿ ਗਿਆ, ਮਸ਼ੀਨ ਇਹਨੂੰ ਉੱਧਰ ਲੈ ਜਾਈਏ, ਨਾਲੇ ਆਪਾਂ 2-4 ਗੱਲਾਂ ਕਰ ਲਈਏ ਤੁਹਾਡੇ ਨਾਲ, ਅਤੇ ਅੱਗੇ ਚੱਲਦੇ ਹਾਂ ਫਿਰ ਆਪਾਂ, ਜਿਹਨੂੰ ਵੀ ਆਪਾਂ ਰੀਸੈਟ ਹੀ ਕਰ ਦਿੰਦੇ ਹਾਂ, ਗੱਲ ਆ ਕੋਈ ਸਭ ਤੋਂ ਸੌਖਾ ਤਰੀਕਾ, ਸੇਵ ਹੋ ਗਈ।
मशीन रीसेट ओके हाँ लो जी अपनी मशीन भी इतने आ चुकी है। तो आप अगली वीडियो दसागे सारा यूटीजेड प्रोसैस की है यदा की नहीं की लैके आवेंगे। शाम तक मैं जी नैक्सट वीडियो जी अपलोड कर देनी है रात में बना लूँगा। तो ओके जी साडा चैनल सबसक्राइब तो शेयर जरूर करो। आप सीधी स्पष्ट पंजाबी गल करा करेंगे पूरे देसी पंजाबी एंड बस ठीक है जी।